ਦੋਸਤੋ ਕੀ ਹਾਲ ਚਾਲ ਨੇ ਜਨਾਬ, ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੇ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਹਮੇਸ਼ਾ ਮਿਲਦਾ ਰਹੇ ਔਰ ਤੁਸੀਂ ਵੇਖਦੇ ਰਹੋ। ਇਹ ਮਾਂ ਜੀ ਤੁਸੀਂ ਮੇਰੇ ਕੈਮਰੇ 'ਚ ਪਹਿਲਾਂ ਦੇਖੀ ਹੈ, ਇਹ ਗੱਲੀਆਂ ਲੰਮੀ ਚੌੜੀ ਗੱਲਾਂ ਕੋਈ ਨਹੀਂ, ਤਰੀਫਾ ਸਾਰੇ ਕੁਛ ਤੁਸੀਂ ਵੇਖ ਲਿਆ, ਮੈਂ ਨਸਲਦਾਰ ਤੁਸੀਂ ਵੇਖ ਲਈ ਹੈ, ਮੈਂ ਥਣ ਚੱਡਾ ਵੇਖ ਲਿਆ ਦੋਸਤਾਂ ਦੀ ਯਾਰ, ਇਹ ਮਾਮਲਾਸਤਾਨ ਕੇ ਚੁਆਈ ਕਰਕੇ ਵਿਖਾਓ। ਇਸ ਮੈਂ ਦਾ ਮੁੱਲ 2,70,000 ਰੁਪਏ ਹੋਇਆ ਜਦੋਂ ਇਹ 4 ਤੋਂ 5 ਦਿਨ ਦੀ ਸੂਈ ਸੀ, ਅੱਜ ਤਕਰੀਬਨ 12 ਤੋਂ 15 ਦਿਨਾਂ ਦੀ ਸੂਈ ਹੈ, ਮਗਰ ਇਹਦੇ ਬੁਰੇ ਰੰਗ ਦੀ ਕੱਟੀ ਹੈ। ਅਸੀਂ ਇਹਦੀ ਲਾਈਵ ਚੁਆਈ ਦਿਖਾਵਾਂਗੇ, ਮੇਰਾ ਕੈਮਰਾਮੈਨ ਮੈਨੂੰ ਇੱਕ ਵਾਰ ਵਿਖਾ ਦੇਵੇ, ਅਸੀਂ ਜਨਾਬ ਬਾਅਦ 'ਚ ਕੱਟੀ ਛੱਡ ਕੇ ਤਸੱਲੀ ਕਰਾ ਦਿਆਂਗੇ। ਇਹ ਜਨਾਬ ਮੈਂ, ਇਹ ਮਾਲਕ ਕਹਿੰਦਾ ਸੀ ਇਹਦੇ ਕੋਲ 13 ਤੋਂ 14 ਕਿਲੋ ਠੰਡਾ ਦੁੱਧ ਹੈ ਜੀ, ਅਸੀਂ ਤਸੱਲੀ ਕਰਾਉਣੀ ਹੈ ਅੱਜ ਕਿ ਜਨਾਬ ਇਹਦੇ ਕੋਲ ਕਿੰਨਾ ਦੁੱਧ ਹੈ, ਕੀ ਹਿਸਾਬ ਕਿਤਾਬ ਹੈ। ਮੈਂ ਇਹਨੂੰ ਹਵਾਨਾ ਸ਼ਵਾਨਾ ਵੰਡ ਵੁੰਡ ਪੂਰੀ ਹੈ, ਮੈਂ ਇਹਨੂੰ ਸੂਆ ਤੀਜਾ ਦੱਸਿਆ ਵੀ ਇਹ ਪਿੱਛੇ ਦਿਆ ਕੱਟੀ, ਮਾਸ਼ਾਅੱਲਾ ਬੁਰੇ ਰੰਗ ਦੀ, ਬੜੀ ਖੂਬਸੂਰਤ, ਔਰ ਮੇਰੇ ਕੈਮਰੇ ਦੀ ਨਜ਼ਰ ਛੱਡਦੇ ਇਹ ਤਕਰੀਬਨ ਬੱਚਾ ਛੱਡੋ ਜੀ, ਅਤੇ ਚਾਚਾ ਜੀ ਇਹਨਾਂ ਨੂੰ ਪਤਾ ਹੈ, ਮਜ਼ੀਦ ਗੱਲਾਂ ਕਰ ਦਿਓ, ਬੱਚੇ ਨੂੰ ਛੱਡ ਕੇ ਪਸਮਾ ਪਸਮੂ ਕਰ ਤਾਂ ਆਪਾਂ ਚਾਚੇ ਨਾਲ ਮੁੱਲ ਕਰ ਲਿਆ। ਚਾਚਾ ਆ ਬਈ ਵੰਗਾ ਚੱਕੀ ਲਿਆ ਨਾਲ, ਇੱਥੇ ਮੇਰੇ ਕੋਲ ਆ ਜਾ, ਇੱਥੇ ਮੇਰੇ ਕੋਲ ਆਵਾਂਗੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਬਾਬਾ, ਸੁਣਾ ਕੀ ਹਾਲ ਚਾਲ? ਤਕੜਾ ਹੈ। ਅੱਛਾ ਬਾਬਾ, ਮੁੱਲ ਤਾਂ ਮੈਂ ਤਾਂ ਪਤਾ ਅੱਗੇ ਵੀ 2,70,000 ਰੁਪਏ, ਤੁਹਾਡੇ ਬਾਈ ਛੋਟੇ ਜਿਹੜੇ ਸ਼ੌਕਤ ਨੇ ਉਹ ਕਹਿੰਦੇ ਸੀ 2,70,000 ਰੁਪਏ, ਦੁੱਧ ਕਹਿੰਦੇ ਸੀ 14 ਕਿਲੋ ਹੈ, ਤੁਸੀਂ ਵੀ ਕੀ ਆਉਂਦੇ 14 ਕਿਲੋ ਠੰਡਾ ਚੁਆ ਕੇ ਦੇਣਾ, ਜਿੰਨੀਆਂ ਕੋਈ ਮਰਜ਼ੀ ਚੁਆਈਆਂ ਕਰ ਲਵੇ, ਇਹ 2,70 ਵਿੱਚੋਂ 60 ਰੁਪਏ ਅਸੀਂ ਆਪੇ ਕਰਾ ਲਾਂਗੇ ਤੁਹਾਡੇ ਤੋਂ, ਇਹ ਵੀ ਬਾਈ ਸ਼ੌਕਤ ਨਾਲ ਹੋ ਜਾਏਗੀ। ਅਤੇ ਤੁਸੀਂ ਹੁਣ ਸਾਨੂੰ ਚੁਆਈ ਕਰਕੇ ਵਿਖਾਓ, ਬੱਚੇ ਨੂੰ ਪਰਲੇ ਪਾਸੇ ਲਾਉਣਾ ਜੇ ਉਹਲੇ ਪਾਸੇ ਲਾਉਣਾ ਜੇ, ਇਹਦੀ ਚੁਆਈ ਕਰਕੇ ਸਾਨੂੰ ਵਿਖਾਓ, ਅਤੇ ਤਸੱਲੀਆਂ ਐਨ ਕਰਾਉਣੀਆਂ ਨੇ, ਜਿਹੜਾ ਵੱਧਦੇ ਘਾਟਾ ਤਾਰ ਲਾ ਪਸਮਾ ਦਾ ਜਿਹੜਾ ਨਾ ਜੀ, ਇਹ ਸਾਰੀ ਤਸੱਲੀ ਹੋ ਜਾਏ, ਚੁਆਈ ਜਿਹੜੀ ਹੈ ਉਹ ਸਾਨੂੰ ਤੁਸੀਂ ਕਰਕੇ ਵਿਖਾਓ, ਅਸੀਂ ਜਨਾਬ ਗੱਡੀਆਂ ਮਾਰ ਕੇ ਤਸੱਲੀਆਂ ਕਰ ਲਈ ਕਿ ਇਹ ਵਾਕਈ ਹੀ ਇਹ ਜਨਾਬ ਇਹਨਾਂ ਦੁੱਧ ਹੈ ਜਾਂ ਨਹੀਂ ਹੈ, ਅਤੇ ਸਾਨੂੰ ਬਾਲਟੀ ਜਿਹੜੀ ਵਿਹਲੀ ਕਰਕੇ ਵਿਖਾ ਲਿਆ ਜੀ। ਇਹ ਨਾਲੇ ਵੀ ਦੱਸਿਆ ਜਾਏ ਕਿ ਸਾਰੇ ਥਣਾਂ 'ਚ ਮੁੱਠ ਮੁੱਠ ਛੱਡਦੇ ਜੇ, ਇੱਕ ਥਣ ਇਕੱਲਾ ਛੱਡ ਦੇ, ਸਾਰੇ ਥਣਾਂ 'ਚ ਮੁੱਠ ਮੁੱਠ ਛੱਡਦੇ ਹੋ, ਨਾਮ ਤਾਂ ਫਿਰ ਪਤਾ ਹੀ ਨਹੀਂ। ਇਹ ਘਰੇਲੂ ਮੈਂ ਜੀ ਅੱਲਾ ਦੇ ਫਜ਼ਲ ਨਾਲ, ਅਤੇ ਅਸੀਂ ਤੁਹਾਨੂੰ ਐਂ ਤਸੱਲੀਆਂ ਕਰਾ ਕੇ ਦੇਣੀਆਂ ਨੇ ਇਸ ਮੈਂ ਦੀਆਂ ਕਿ ਦੁੱਧ ਹੈ ਕਿੰਨਾ, ਕੀ ਮਾਮਲਾ ਹੈ ਕੀ ਨਹੀਂ, ਇਹ ਜਨਾਬ ਹੈ ਸਾਰਾ ਕੁਝ ਦੱਸ ਦਿਓ ਜੀ ਮੈਂ ਮੰਗਦੀ। ਮਾਸ਼ਾਅੱਲਾ ਅੰਗੂਠੇ ਅੰਗੂਠੇ ਜਿੱਡਾ ਮੋਟਾ ਚੁਆ ਹੈ ਮੈਂ ਇਹਨੂੰ, ਦਾਰ ਐਡੀ ਖੂਬਸੂਰਤ ਹੈ, ਪਰਲੇ ਪਾਸੇ ਚੁੰਘ ਜਾਏਗੀ ਉਹਲੇ ਪਾਸੇ ਵੀ ਲਾਓ, ਕਿੱਕੇ ਪਾਸੇ ਲੱਗੀ ਰਹਿਣੀ, ਮੈਂ ਪਸਮ ਜਾਏਗੀ ਚੁੰਘ ਲੈਗੀ ਥਣ, ਫਿਰ ਥਣ ਦਾ ਮਸਲਾ ਬਣ ਜਾਏਗਾ। ਇਹ ਸਾਰੀ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ, ਲਾ ਪਸਮਾ ਪੈਂ ਹਰ ਚੀਜ਼ ਸੱਲੀ ਹੋ ਜਾਂਦੀ ਹੁਣੇ ਕਿ ਮੈਂ ਪੱਸੀ ਹੈ ਨਹੀਂ ਪੱਸੀ, ਕਿਹੜਾ ਕੈਟ ਪਸਮਾ ਕਰਦੀ ਹੈ, ਕੀ ਮਾਮਲਾ ਕਰਦੀ ਹੈ, ਸਾਰਾ ਕੁਝ ਕੰਮ ਹੈ। ਇਹ ਘੋੜੀ ਅਤੇ ਇਹ ਘੋੜੀ ਦਾ ਮੈਦਾਨ, ਉਹਨੇ ਹਰ ਚੀਜ਼ ਸਾਹਮਣੇ ਆ ਜਾਣੀ ਇਨਸ਼ਾਅੱਲਾ। ਮੈਂ ਪਸ ਜਿਆ ਤੇ ਕੱਟਾ ਕੱਟੀਏ, ਕੱਟਾ ਕੱਟੀਏ ਇਹਨੂੰ ਅਗਲੇ ਪਾਸੇ ਬੰਨ ਦਿਆ ਜੇ ਮੈਂ ਦੇ, ਮੈਂ ਪਸ ਗਈ ਜੀ, ਮੈਂ ਪਸਮ ਗਈ ਹੈ ਜੀ ਅੱਲਾ ਦੇ ਫਜ਼ਲ ਨਾਲ, ਤੇ ਕੱਟੀ ਬੰਨੋ ਜੀ। ਇਹ ਬਾਬਾ ਜੀ ਠੰਡ ਧੋ ਕੇ ਤੇ ਬਾਲਟੀ ਵਿਹਲੀ ਕਰਕੇ ਵਿਖਾ ਦਿਆ ਜੀ। ਠੀਕ ਹੈ ਜੀ, ਚੋਵੋ ਜੇਲਾ ਦੇ ਸਪੁਰਦ। ਤਾਰ ਵੱਜਦੀ ਤੇ ਬਾਲਟੀ ਬੋਲਦੀ ਏ, ਕੋਈ ਛੱਟਾ ਕੋਈ ਫਾਰਾ ਨਹੀਂ, ਅੰਗੂਠੇ ਅੰਗੂਠੇ ਜਿੰਨੀ ਤਾਰ ਹੈ ਜੀ। ਮੈਂ ਸਭ ਉਸ ਪਾਸੇ ਚਲੋ ਜਾਓ, ਨਜ਼ਰ ਆਏਗਾ ਤਾਂ ਉਸ ਪਾਸੇ ਚਲੋ ਜੀ। ਮੈਂ ਕੋਲ 14 ਸੇਰ ਦੁੱਧ ਹੈ, ਤਸੱਲੀਆਂ ਕਰਾ ਕੇ ਆਪਾਂ ਦੇਣੀਆਂ ਨੇ, ਘਰੇਲੂ ਮੱਝ ਹੈ, ਕੋਈ ਵਾਧਾ ਘਾਟਾ ਨਹੀਂ, ਮਾੜੇ ਬੰਦੇ ਨੇ ਅੱਲਾ ਪਾਕ ਇਨਸ਼ਾਅੱਲਾ ਜਿਹੜਾ ਜੀ ਕੋਈ ਸੱਜਣ ਲਵੇਗਾ, ਇਨਸ਼ਾਅੱਲਾ 2 ਟਾਈਮ ਭਾਵੇਂ ਚੁਆਈਆਂ ਕਰ ਲਾ ਭਾਵੇਂ ਕੋਈ 3 ਟਾਈਮ ਕਰ ਲਵੇ, ਆਪਾਂ ਤਸੱਲੀਆਂ ਜੀ ਕਰਾ ਕੇ ਦੇਣੀਆਂ ਨੇ। ਮੁੱਲ 2,70,000 ਰੁਪਈਆ, ਪਿੱਛੇ ਬੂਰੇ ਰੰਗ ਦੀ ਸੋਹਣੀ ਨੀਲੀ ਦੀ ਸ਼ਹਿਜ਼ਾਦੀ ਹੈ, ਅਤੇ ਜਨਾਬ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਮੈਂ ਹੱਡਾਂ ਕਾਠਾਂ ਦੀ ਬੜੀ ਪੂਰੀ ਸੋਹਣੀਆਂ ਹੱਡੀਆਂ ਨੇ ਮੈਂ ਇਹਨੂੰ, ਅਤੇ ਕਿ ਥੋੜ੍ਹਾ ਜਿਹਾ ਸਿੰਘ ਖੁੱਲ੍ਹਾ ਹੈ, ਅਤੇ ਗਿੱਠ ਗਿੱਠ ਮੈਂ ਇਹਨੂੰ ਪਸ਼ਮ, ਮੈਂ ਨਸਲ ਜ਼ਾਤ ਵਾਲੀ ਪੂਰੀ ਹੈ, ਮੈਂ ਗਵਾਲ 'ਚ ਬੜਾ ਅੱਛਾ ਕੰਮ ਕਰਦੀ ਹੈ, ਔਰ ਇਨਸ਼ਾਅੱਲਾ ਘਰ ਪੀਣ ਨੂੰ ਇਹ ਸਰਦੀ ਵਿੱਚ ਜਿਹੜਾ ਇਹਨਾਂ ਦੁੱਧ ਦਿੰਦੀ ਪਈ, ਹੁਣ ਦੁੱਪਾਂ 'ਚ ਨਿਕਲੀਏ ਪਹਿਲੇ ਦਿਨ,
ਤੇ ਇਨਸ਼ਾਅੱਲਾ ਅਸੀਂ ਇਹਦੀ ਚੁਆਈ ਕਰਾਉਣ ਲੱਗੇ ਹਾਂ ਤਕਰੀਬਨ 9:30 ਵਜੇ। ਹੱਥ ਬਦਲ ਲਓ। ਤੂੰ ਮੈਂ ਚੋਰ ਹੈ? ਤੂੰ ਨੀ ਚੋਰਨਾ? ਚੋਰ ਤੂੰ ਮੈਂ ਚੋ ਬਾਬਾ ਥੱਕ ਗਿਆ ਯਾਰ। ਠੀਕ ਹੈ ਮਾਸ਼ਾਅੱਲਾ ਚੋਆ ਠੀਕ ਹੈ ਮੈਮ। ਐਡੀ ਮੋਟੀ ਮਤਲਬ ਥਾਰ ਹੈ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਨਿੱਬੂ ਵਾਂਗ ਇਹਨੂੰ ਚੜ ਜਾਂਦੀਆਂ ਨੇ। ਨੀਲੀ ਦਾ ਸਭ ਤੋਂ ਵੱਡਾ ਵਾਅਦਾ ਇਹੀ ਹੈ। ਪੂਰੀ ਕੋਸ਼ਿਸ਼ ਕਰਦਾ ਤੁਹਾਡੇ ਵਾਸਤੇ ਨੀਲੀ ਦੇ ਅੱਛੇ ਔਰ ਬਿਹਤਰੀਨ ਜਾਨਵਰ ਲੈ ਕੇ ਹਾਜ਼ਰ ਹੋਵਾਂ। ਔਰ ਜਨਾਬ ਮੈਂ ਕੋਲ ਦੁੱਧ ਦੀ ਤਸੱਲੀ ਤੁਹਾਨੂੰ ਮੈਂ ਕਰਾਉਣ ਦਾ ਮਕਸਦ ਇਹ ਹੈ ਕਿ ਪੂਰੀ ਤਸੱਲੀ ਹੋ ਜਾਏ ਜਾਨਵਰ ਦੀ ਕਿ ਠੰਡ ਚੱਡੇ ਦਾ ਵਾਧਾ ਘਾਟਾ ਕੁਫਾਰਾ ਛੱਟਾ ਇਹ ਸਾਰਾ ਕੁਝ ਸਾਹਮਣੇ ਆ ਜਾਏ ਔਰ ਮਜ਼ੀਦ ਦੁੱਧ ਅਲਹਮਦੁਲਿਲਾ ਪੂਰਾ ਔਰ ਇਨਸ਼ਾਅੱਲਾ 3 ਚੁਆਈਆਂ 4 ਚੁਆਈਆਂ 5 ਚੁਆਈਆਂ ਇਨਸ਼ਾਅੱਲਾ ਅਸੀਂ ਦਿੰਦੇ ਹਾਂ ਜੀ ਅੱਲਾ ਪਾਕ ਦੀ ਰਹਿਮਤ ਨਾਲ। ਹੱਥ ਬਦਲ ਲਵਿਆ ਜੇ ਮਤਲਬ ਫਰਕ ਹੁੰਦਾ ਹੱਥ ਬਰਾਬਰ ਹਾਂਜੀ ਹੋ ਗਿਆ ਦੁੱਧ ਹੈ ਜੀ ਦੁੱਧ ਹੈ ਕਿ ਬਸ ਬਾਟੀ ਚੱਕ ਲਓ ਗੜਵੀ ਰੱਖ ਲਓ ਮੈਨੂੰ ਪੜਾਓ ਮਾਸ਼ਾਅੱਲਾ ਛੱਡੀ ਕੱਟੀ ਤੂੰ ਲੈਣੀ ਹੈ ਅਸੀਂ ਨੀ ਲੈਣੀ ਹੈ ਤਕੜੀ ਹੈ 12-15 ਦਿਨ ਦਾ ਬੱਚੇ ਬੰਦੇ ਆ ਯਾਰ ਨਦੀਮ ਇੱਕ ਮਿੰਟ ਯਾਰ ਇੱਥੇ ਪੈਰਾਂ ਦੁੱਧ ਇਹ ਜਨਾਬ ਅਜੇ ਥਣਾਂ ਦੇ ਵਿੱਚ ਦੁੱਧ ਇਹ ਤੁਸੀਂ ਵੇਹਦੇ ਪਏ ਜੇ ਚਾਰਾਂ ਥਣਾਂ ਦੇ ਵਿੱਚ ਇਹ ਮਗਰਲੇ ਪਾਸੇ ਜੋੜੀ ਜ਼ਿਆਦਾ ਦੁੱਧ ਹੈ ਇਹ ਥਣ ਜ਼ਿਆਦਾ ਭਾਰਾ ਹੈ ਠੀਕ ਹੈ ਜੀ ਇੱਕ ਬੱਚੇ ਨੂੰ ਛੱਡਣਾ ਹੁੰਦਾ ਠੀਕ ਹੈ ਜੀ ਇਹ ਮਾਸ਼ਾਅੱਲਾ ਦੁੱਧ ਹੈ ਜੀ ਚੋਵੋ ਕੱਟੀ ਤੋਂ ਜ਼ਿਆਦਾ ਦੁੱਧ ਕੱਟੀ ਤੋਂ ਦੁੱਧ ਜ਼ਿਆਦਾ ਹੈ ਸਾਹਿਬ ਚੋਲੋ ਚੋਲੋ ਜੀ
ਅਗਲੇ ਥਾਣੇ ਦੇ ਵਿੱਚ ਹੈ ਉਹਦੇ ਵਾਸਤੇ ਕਾਫੀ। ਚਲੋ ਬਰਾਬਰ ਕਰ ਲਓ ਬਸ, ਠੀਕ ਹੈ, ਛੱਡ ਦਿਓ ਜੀ ਕੱਟੀ ਨੂੰ। ਅੱਲਾਹ ਦੇ ਜਨਾਬ ਦੁੱਧ ਦਿੱਤਾ ਮੈਂ ਨੇ ਤੁਹਾਡੇ ਸਾਹਮਣੇ, ਇਹ 6 ਸਿਰ ਹੈਗਾ ਜੀ, ਇਹ 7 ਸਿਰ ਜੀ, ਇਹ 9 ਸਿਰ ਜੀ, ਇਹ 12 ਸਿਰ ਜੀ, ਸਿਰ ਕਾ ਹੈਗਾ ਜੀ 8 ਕਿਲੋ ਦੀ ਬਾਲਟੀ ਆ ਜੇ, ਇਹ ਤੁਹਾਡੇ ਸਾਹਮਣੇ 14 ਕਿਲੋ ਠੰਡੇ ਦੁੱਧ ਦੀ ਆਵਾਜ਼ ਹੈ ਅੱਲਾਹ ਦੇ ਫਜ਼ਲ ਨਾਲ। ਬਾਕੀ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਨੇ। ਕੱਟੀ ਨੂੰ ਚੁਗਾ ਕੇ ਜਿਹੜਾ ਵੀ ਮੁੱਠ ਮੁੱਠ ਸਾਰੀ ਹੁੰਦੀ ਹੈ, ਇਹ ਤਕਰੀਬਨ 9 ਕਿਲੋ ਗਰਮ ਦੁੱਧ ਹੈ, ਔਰ ਅੱਲਾਹ ਦੇ ਫਜ਼ਲ ਨਾਲ ਅਗਰ ਇਹ ਕੋਈ ਬੈਲੀ ਮਿਲ ਲਵੇ ਆ ਕੇ ਠੰਡਾ ਕਰਕੇ, ਤਕਰੀਬਨ 7 ਕਿਲੋ ਸੁਬਹਾ 7 ਕਿਲੋ ਸ਼ਾਮ ਚੁਆ ਕੇ ਦਿਆਂਗੇ। ਸੁਬਹ ਜ਼ਿਆਦਾ ਹੋ ਸਕਦੀ ਲੱਪ, ਅਤੇ ਸ਼ਾਮ ਨੂੰ ਘੱਟ ਹੋ ਸਕਦੀ ਹੈ। ਉਮੀਦ ਹੈ ਅੱਜ ਵਾਲੀ ਵੀਡੀਓ ਲਾਈਵ ਚੁਆਈ ਤੁਹਾਨੂੰ ਪਸੰਦ ਆਈ ਹੋਏਗੀ। ਵੀਡੀਓ ਪਸੰਦ ਲੱਗੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ, ਅਤੇ ਕਮੈਂਟ ਵੀ ਕਰਿਆ ਕਰੋ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਮਿਲਾਂਗੇ ਅੱਛੇ ਔਰ ਬਿਹਤਰੀਨ ਵੀਡੀਓ ਨਾਲ।